ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਲੋ ਬਾਈ, 7 ਵੱਜ ਗਏ ਸਵੇਰ ਦੇ, ਕੱਖ ਲੱਗੇ ਹੋਏ ਤੇ ਕੱਢਣਾ ਜਿਹੜੀ ਆਪਾਂ ਨੇ ਲੇਟ ਲਾਈ ਤੀ ਚਰੀ ਵਾਲੇ ਚ। ਕੱਖ ਬੂਝੇ ਜੇ ਹੋਏ ਆ ਕਿਤੇ ਕਿਤੇ, ਆਹ ਹੋਏ ਆ ਇੱਕ ਪੁਆਇੰਟ ਚੋਂ ਨਿਕਲੇ ਸਿਰੇ ਦੇ ਸਿਰੇ ਤੱਕ। ਬਾਕੀ ਇਹਦੇ ਖੇਤ ਪਹਿਲਾਂ ਬਾਈ ਇਹ ਚ ਬਰਸੀਣ ਤੀ, ਫਿਰ ਇਹ ਚ ਬੀਜੀ ਚਰੀ, ਤੇ ਜਦੇ ਲਾ ਤੀ ਆਪਾਂ ਨੇ ਜੀਰੀ। ਜੀਰੀ ਥੋੜੀ ਇਹ ਚ ਡਾਊਨ ਆ, ਇੱਕਣ ਹੋ ਜਾ ਕਰਦਾ ਮੌਸਮ ਖੇਤ। ਹਾਂ ਹਾਂ, ਬਰਸੀਨ ਵਾਲੇ ਵੀ ਲੇਟਤੀ ਵਧੀਆ, ਜਿੰਨੀ ਵੀ ਖੜੀ ਆ ਠੀਕ ਖੜੀ ਆ। ਬਾਕੀ ਬਾਈ ਆਪਾਂ ਨੇ ਇੱਕ ਤਜਰਬਾ ਦੇਖਿਆ ਹੋਇਆ, ਉਹ ਨਦੀ ਚ ਗਏ ਤੇ ਵੱਢਣ, ਕਾਲੇ ਨਾਲ ਗਿਆ ਤਾ ਮੈਂ, ਇਹੋ ਜਿਹੀ ਬੂਝੀ ਨੀ ਦੇਣੇ ਨੀ ਮਸੜ, ਟਰਾਲੇ ਛਾਲ ਛਾਲ ਕੇ ਛੱਡ ਤੇ ਬਾਈ, ਐਡੇ ਬੂਝੇ ਆ ਉਹਨੇ ਕੁਛ ਵੀ ਨੀ ਕਰਿਆ ਯਾਰ। ਜਿਹੜਾ ਤਕੜਾ ਬੂਝਾ ਹੋ ਜਾਂਦਾ ਨਾ, ਉਹ ਪਰਾਲ ਜਾ ਬਣ ਜਾਂਦਾ, ਹੌਲੀ ਹੋ ਜਾਂਦੀ ਆ, ਸਮਝਿਆ। ਇਹਦਾ ਜਿਹੜਾ ਛਿੱਦੀ ਦਾ ਦਾਣਾ ਬਣਨਾ, ਉਹ ਨਿਗਰੇ ਬਣਨਾ ਜਿੰਨਾ ਬਣਨਾ, ਕਿ ਉਹਨੂੰ ਹਵਾ ਲੱਗਦੀ ਹੈ। ਇਹ ਤਾਂ ਹੁਣ ਅਸੀਂ ਦੇਖੀ ਜਾਂਦੇ, ਸਾਨੂੰ ਪਹਿਲਾਂ ਜਿਹੜੀ ਛਿੱਦੀ ਹੈ ਚੰਗੀ ਨੀ ਲੱਗਦੀ ਹੈਗੀ, ਅਸੀਂ ਕਹੀ ਜਾਂਦੇ ਸੰਘਣੀ ਹੋਵੇ, ਕਣਕ ਨੂੰ ਅਸੀਂ ਜੰਮਦੀ ਨੂੰ ਕਹੀ ਜਾਂਦੇ ਬਹੁਤ ਛਿੱਦੀ ਹੈ। ਜਿੰਨੀ ਛਿੱਦੀ ਹੈ ਪੈਰਾਂ ਤੇ ਨਾ, ਉਨਾ ਬੂਝਾ ਤਕੜਾ ਕਰਕੇ ਐਨ ਉਹ ਜਾੜਾ ਹਵਾ ਲੱਗਦੀ ਰਹਿੰਦੀ, ਉੱਪਰ ਦਾਣੇ ਨੂੰ ਠੀਕ ਰਹਿੰਦਾ ਉਹ ਉਹ ਦਾਣਾ, ਫਿਰ ਪੂਰਾ ਹੁੰਦਾ, ਮਰਦਾ ਨੀ ਹੈਗਾ ਵਿੱਚ। ਬਾਕੀ ਬਾਈ ਅੱਜ ਉਹਨੂੰ ਕਰਨੀ ਆ ਸਪਰੇ, ਆਪਾਂ ਨੇ ਦੇਖਦੇ ਸ਼ਾਮ ਨੂੰ ਕਰਦੇ ਆ। ਮਤਲਬ ਇੱਥੇ ਵਿੱਚ ਤਾਂ ਮੈਂ ਸਾਰੇ ਘੁੰਮ ਲਏ, 19 ਕੀ ਆ ਨੋਰਮਲ ਜੀ ਉਹ ਆ। ਅੱਛਾ, ਅੱਜ ਕਰਦਾ ਨੀ ਲਿਆ ਗਿਆ। ਆਹੋ ਫਿਰ ਪਤਾ ਲੱਗ ਗਿਆ ਨਾ ਕੱਲ, ਜੇ ਬੰਦਾ ਮਿਲ ਗਿਆ ਠੀਕ ਆ, ਨਹੀਂ ਆਪੇ ਕਰ ਦੇਣੀ। ਆਪ ਵੀ ਤੇਰੇ ਹੋ ਜਾਣੇ ਠੀਕ ਆ, ਤੇਰੇ ਖੇਤ ਸੁੱਕਾ ਨਾਲੇ ਨਾਲੇ ਹੋਈਆਂ ਘੁੰਮ ਹੁੰਦਾ ਵਿੱਚ, ਇੰਨੀ ਸੰਘਣੀ ਨੀ ਹੈਗੀ ਸਿੱਧੀ। ਮੈਂ ਦੱਸ ਮਾਥੜਾ ਬਈ, ਹੁਣ ਇਹ ਨਿਸਰਦੀ, ਇਹਨੂੰ ਪਾਣੀ ਲਾ ਦਵਾਂਗੇ ਨੈਣ ਨੂੰ, ਮੈਂ ਲਾਉਣ ਲੋੜ ਹੈ ਇਹਨੂੰ ਪਾਣੀ ਲਾਉਣ ਦੀ, ਤੂੰ ਅੱਜ ਸਪਰੇ ਕਰਕੇ ਇਹਨੂੰ ਪਾਣੀ ਲਾ, ਸਪਰੇ ਕਰਕੇ ਲਾ। ਹਾਂ, ਹੁਣ ਮੈਨੂੰ ਅੱਜ ਤਾਂ ਬਾਈ ਦੇ ਕਿਹਦਾ ਕਮੈਂਟ ਆਇਆ ਵਾ, ਇਹਦਾ ਕਹਿੰਦਾ ਵੀ ਹੁਣ ਤੁਸੀਂ ਇਹਨੂੰ ਭਰ ਕੇ ਰੱਖੋ ਪਾਣੀ, ਗੱਲ ਉਹਨਾਂ ਦਾ ਐਂ ਕਿਹਾ ਭਰ ਕੇ ਰੱਖੋ, ਜਿਹੜੇ ਨਿਸਰ ਦੀ ਕਹਿੰਦਾ ਨਾਲੇ ਆਹ ਬਿਮਾਰੀ ਨੀ ਪਊਗੀ। ਅਸੀਂ ਕਹਿੰਦੇ ਵੀ ਪਾਣੀ ਲੱਗੇ ਤਾਂ ਬਿਮਾਰੀ ਪੈਂਦੀ, ਉਹ ਬਾਈ ਕਹਿੰਦਾ ਪਾਣੀ ਭਰ ਕੇ ਰੱਖੋ। ਅਸੀਂ ਸੁਣਿਆ ਬਈ ਜਿਹੜੀ ਗਿੱਲੇ ਚ ਆਉਂਦੀ ਹੈ, ਗਿੱਲੇ ਚ ਆਉਂਦੀ ਹੈ ਉੱਲੀ ਜਿਹਾ ਰੋਗ, ਇਹ ਜਿਹੜਾ ਹੁੰਦਾ ਗਿੱਲੇ ਚ ਹੁੰਦਾ, ਹਾਂ ਵੀ ਜਿਹੜਾ ਸੀ ਫਲੈਟ ਵਾਲਾ ਉੱਲੀ ਜਿਹਾ ਰੋਗ ਹੈ, ਸਕਾ ਸਕਾ ਕੇ ਪਾਣੀ ਲਾ, ਠੀਕ ਹੈ ਨਾ। ਵੀ ਅਸੀਂ ਤਾਂ ਹੁਣ ਸੁਕਾਏ ਵੇ ਕੱਦੇ ਸੁੱਕੇ ਦੇ, ਇੱਕੇ ਦਿਨਾਂ ਦੋ ਕੁ ਦਿਨਾਂ ਦੇ ਵਿੱਚ ਵਿੱਚ ਵਧੀ ਅੱਕੇ ਲੱਗਦਾ। ਬਾਕੀ ਬਾਈ ਆਪਾਂ ਨੇ ਮਸੜਾ ਇਹ ਨਾ ਜਿਹੜਾ ਅੱਜ ਹਫ਼ਤੇ ਤੱਕ ਵੱਢਣੀ ਆ, ਇਹਨੂੰ ਪਾਣੀ ਨਾਲ ਡੱਕ ਦੇਣਾ, ਠੀਕ ਹੈ। ਫਿਰ ਵੱਢਦੀ ਸਾਰੇ ਮੈਂ ਕਹਿੰਦਾ 10 ਦਿਨ ਤਾਂ ਲੰਘੇ ਜਾਂਦੇ 15 ਕਣਕ ਨੂੰ, ਹਾਂ ਹਾਂ, ਫਿਰ ਕੁਛ ਛੇੜਨਾ ਹੀ ਨੀ ਖੇਤ ਹੈਗਾ, ਠੀਕ ਹੈ। SMS ਲਾ ਕੇ ਵਢਾ ਦੇਣੀ, ਉਹਦੇ ਬਾਅਦ ਸੁਪਰ ਸੀਡਰ ਨਾਲ ਵਜਾ ਦੇਣੀ, ਆਹੋ ਵੀ ਠੀਕ ਹੈ। ਮੈਂ ਪਿਛਲੀ ਵਾਰ ਬਾਈ ਇੱਥੇ ਜਵੀ ਬੀਜੀ ਤੀ ਆ ਕਿੱਲੇ ਚ, ਇਹ ਜੇ ਕਣਕ ਬੀਜੀ ਤੀ, ਮੇਰਾ ਬਹੁਤ ਵਧੀਆ ਰਿਜ਼ਲਟ ਰਿਹਾ। ਆਹੋ ਤਾਂ ਇੱਕਣੇ ਸੁਪਰ ਸੀਡਰ ਕੇ ਬੀਜੀ ਤੀ, ਜਵੀ ਵੀ ਸੁਪਰ ਸੀਡਰ ਕੇ ਬੀਜੀ, ਛਿੱਟਾ ਦੇ ਤਾ ਹੁਣ ਪਹਿਲਾਂ। ਮੇਰੇ ਤੇ ਬਾਈ ਇੱਕ ਗਲਤੀ ਹੋ ਗਈ ਤੀ, ਮੈਂ ਉਹ ਨਹੀਂ ਲਵਾਇਆ SMS ਜਾ, ਤੇ ਮੈਨੂੰ ਉਹ ਨਾ ਥੋੜੀ ਮੋਟੀ ਮੋਟੀ ਪਰਾਲੀ ਚਕਾਉਣੀ ਪਈ, ਚਕਾਉਣੀ ਪਈ ਹੈ। ਐਤਕੀ ਮੈਂ SMS ਨਾਲ ਲਵਾ ਲੈਣਾ, ਪੁੱਛ ਲੈਣਾ ਪਹਿਲਾਂ ਸੁਪਰ ਸੀਡਰ ਵਾਲਿਆਂ ਨੂੰ ਵੀ, ਦੇਖ ਵੀ ਜਿਹਦਾ ਬੀਜ ਹੋ ਜੂਗੀ, ਹਾਂ ਕਿਤੇ ਉਧਰ ਮੈਂ ਉਹ ਵੀ ਲਵਾ ਦਵਾਂ ਨਾ, ਕੋਈ ਗੁੱਜਰ ਚੱਕਣੇ ਜੋਗੇ, ਹਾਂ ਠੀਕ ਹੈ। ਨਹੀਂ ਫਿਰ ਮੈਂ ਦੂਸਰਾ ਵਢਾ ਕੇ, ਨਹੀਂ ਤਾਂ ਇੱਕ ਤੀ ਆਪਣੇ ਗੁੱਜਰਾਂ ਨੇ ਵੀ ਚੱਕਣੀ ਨੇ ਵਾਧੂ ਹੈ, ਇਹਨਾਂ ਨੇ ਮਸ਼ੀਨਾਂ ਮਸ਼ੀਨ ਲੈਂਦੇ ਇਕੱਠੀਆਂ ਕਰਨ ਵਾਲੀਆਂ ਕਿਤੀ ਮਸੜਾ, ਇਹਦੀ ਧਾਨ ਵੀ ਘਟ ਗਏ। ਹਾਂ ਮੈਂ ਉਹੀ ਕਹਿੰਦਾ ਵੀ ਅੱਗੇ ਸਾਨੂੰ 7 ਪੈਸੇ ਮੰਗਦੇ, ਉਲਟਰੇ ਚ ਦੇਣੇ ਨਾ ਪੈ ਗਿਆ ਉਹਨਾਂ ਨੂੰ। ਐਤਕੀ ਨਾਲੇ ਹੋਰ ਹੋ ਗਿਆ, ਹਰੇਕ ਸਾਲੇ ਮੇਰੀ ਗੇਤੀ ਜੀ ਹੁੰਦੀ ਹੈ, ਗੇਤੀ ਨੂੰ ਭੱਜਦੇ ਆ, ਗੇਤੀ ਨੂੰ ਭੱਜਦੇ ਆ। ਐਤਕੀ ਹੋਰ ਅਦਰ ਵੀ ਸਾਰਿਆਂ ਦੇ ਗੇਤੀ ਆ, ਬੀਜ ਆ ਜਿਹੜੇ ਸਾਰਿਆਂ ਦੇ ਹਾਈਬ੍ਰਿਡ ਐ, ਗੇਤੀ ਹਾਈਬ੍ਰਿਡ ਆ ਸਾਰੇ, ਸਮਝਿਆ ਬਰਾਬਰ ਜੀ ਆ ਜਾਣੇ ਇਕੱਠੇ ਜੀ। ਵੀ ਹੁਣ ਜਿਹੜੀ 468 ਹੈ, ਜਿਕਣਾ ਤੇਰੀ ਨਸਰੀ ਵੀ, ਇੱਕਣੇ ਮੇਰੀ ਨਸਰੀ ਵੀ, ਇਹਦੇ ਨਾਲ ਥੋੜੀ ਮਾੜੀ ਮੋਟੀ ਵੱਧ ਹੋਊਗੀ। ਉਹ ਹਾਲੀ ਬਹੁਤ ਕਿਸਾਨ ਨਸਰੀ ਆ, ਉਹ ਇੱਕ ਕਿਸਾਨ ਨਸਰੀ ਹੈ, ਬੀਜ ਦੇ ਬੀਜ ਦਾ ਫਰਕ, ਬੀਜ ਬੀਜ ਦਾ ਫਰਕ ਹੈ, ਉਸ ਲਵਾਈ ਚ ਫਰਕ ਪੈ ਜਾਂਦਾ। ਆਪਾਂ ਕਹਿੰਦੇ ਵੀ ਚਲੋ ਪਨੀਰੀ ਦੇ ਇੱਕ ਟਾਈਮ ਦੀ ਹੈ, ਪਰ ਇੱਕ ਪਨੀਰੀ ਵਿਛਾ ਕੇ ਇੱਕ ਟਾਈਮ ਦੀ ਹੈ, ਜੇ ਖੇਤਾਂ ਵਿੱਚ ਲਵਾਈ ਦਾ ਹੀ ਫਰਕ ਹੈ। ਇਹ ਬਾਈ ਬੀਜੀ ਦੀ ਚਾਚੇ ਹਰਾਂ ਨੇ ਬੀਜੀ, ਮੇਰੇ 3-4 ਦਿਨ ਲੇਟ ਆਹ ਵਾਲੀ। ਅੱਛਾ, ਮੈਂ ਬੀਜੀ ਦੀ ਪਹਿਲਾਂ ਇਹ ਲੱਗੀ, ਇੱਕ ਦਿਨ ਬਾਅਦ ਆ ਉਰੇ, ਇੱਕ ਦਿਨ ਉੱਥੇ ਲਾਇਆ ਬਈ ਇਹ, ਲਾਈਟ ਨੀ ਆਈ, ਫਿਰ ਦੂਏ ਦਿਨ ਉਰੇ ਲਾਈ ਉਹਨਾਂ ਨੇ। ਆਹੋ ਜਿਹੜੀ ਆਪਣੀ ਲੱਗੀ ਇਹ 25-26 ਦਿਨ ਦਾ ਫਰਕ ਹੈ, 25-26 ਦਿਨ ਦੀ ਜਿਹੜੀ ਲੱਗੀ ਹੋਈ ਆ ਪਨੀਰੀ ਆਪਣੀ, ਪਨੀਰੀ ਤੇ ਲੱਗੀ ਆਪਣੀ ਜਿੰਨੀ ਵੀ ਸਾਰੀ ਬਹੁਤ ਵਧੀਆ ਲਵਾਈ ਗਾ ਲੱਗੀ ਵੀ ਆ ਸਾਰੀ, ਕੋਈ ਇਹ ਨੀ ਹੈਗਾ ਵੀ ਵੱਧ ਚੜ ਕੇ ਲੱਗੇ ਵੀ ਟਾਈਮ।
ਵੀ ਵੱਧ ਆਲਾ ਵੀ ਹੁਣ ਚੱਕਰ ਮੈਂ ਤੈਨੂੰ ਦੱਸਦਾ ਹੁਣ ਇਹਨਾਂ ਨੇ ਬਾਸਮਤੀ ਲਾਤੀ ਨੇਤਰਾ ਨੇ ਇਹਨਾਂ ਨੇ ਉਹ ਲਾਤੀ ਦੀ 27-28 ਦਿਨ ਦੀ ਠੀਕ ਲਹਿਰੀ ਜੀ ਦੀ ਥੋੜਾ ਜਿਹਾ ਮੈਂ ਬੀਜ ਰੱਖ ਲਿਆ ਬੂਟੇ ਪੱਟਣ ਨੂੰ ਚੱਲ ਲੇਟ ਹੋ ਗਿਆ ਟਾਈਮ ਕਰਦੇ ਕਰਾਉਂਦੇ ਇੱਕ ਮਹੀਨਾ 10 ਦਿਨ ਦੀ ਲਾਈ ਮੈਂ ਪਨੀਰੀ ਪੱਕੜ ਹੋ ਗਈ ਲੱਖ ਲੱਖ ਸਾਨ ਹੋ ਗਈ ਸੀ ਇੰਨੀ ਖੇਚ ਨੀ ਲਾਈ ਲਾਈ ਇੰਨੀ ਉੱਪਰ ਤੇ ਵੱਢੀ ਉਹ ਬਈਏ ਕਹਿੰਦੇ ਸਾਰੀ ਛੋਟੀ ਕਰਦੇ ਮੈਂ ਕੁਛ ਨੀ ਹੁੰਦਾ ਲਾ ਉਹਦੇ ਨਾਲ ਤੇ ਬੂਝਾ ਵੱਧ ਮਾਰਿਆ ਵੈ ਨਾਲੇ ਦੇਖ ਲਾ ਮੈਂ 12-13 ਦਿਨ ਲੇਟ ਲਾਈ ਇੰਨੀ ਚੜ ਗਈ ਦੀ ਪਨੀਰੀ ਚੜੀ ਹੋਈ ਪਨੀਰੀ ਖੇਤ ਵੀ ਤਕੜਾ ਤਾਂ ਕੋਈ ਰੇਹ ਪੱਤ ਜਾ ਪਾਇਆ ਸੋਹਣਾ ਹਾਂ ਬੂਝਾ ਸੋਹਣਾ ਮਾਰਿਆ ਵਜਾਣੀ ਜੀ ਨੇ ਬਹੁਤ ਕੰਮ ਦੀ ਲਹਿਰੀ ਖੜੀ ਆ ਇਸ ਟਾਈਮ ਉਹ ਦੇਖਣ ਨੂੰ ਝੰਡਾ ਰੋਗ ਦੇਖ ਲਈ ਝੰਡਾ ਰੋਗ ਦਾ ਹੁਣ ਜਿਹੜਾ ਹੁਣ ਕਈ ਵੀਰਾਂ ਦੇ ਫੋਨ ਆਇਆ ਵੀ ਦਵਾਈ ਸਪਰੇ ਆਹ ਸਪਰੇ ਹੁੰਦੀ ਹੈ ਹੁਣ ਦੇਖ ਰੇਹ ਪੱਤ ਸਾਡਾ ਪੂਰਾ ਹੋ ਲਿਆ ਜਿਹੜਾ ਬਣਨਾ ਉਹ ਝੰਡਾ ਰੋਗ ਬਣ ਲਿਆ ਵੀ ਸਪਰੇ ਗੱਲ ਕਹਿੰਦੇ ਇਹਦੇ ਗੱਲ ਹਟ ਜੂਗਾ ਜਿਹੜਾ ਬਣ ਗਿਆ ਉਹਨਾਂ ਨੇ ਹੁਣ ਹਟਣਾ ਹੈਗਾ ਨੰਬਰ 2 ਵਿੱਚ ਘੁੰਮ ਕੇ ਦੇਖਿਆ ਜਿਹੜਾ ਝੰਡਾ ਰੋਗ ਬਣ ਗਿਆ ਉਹ ਬੂਟਾ ਆਪਣੇ ਆਪ ਸੁੱਕਣ ਲੱਗ ਗਿਆ ਜੇ ਮੈਂ 10 ਬੂਟੇ ਦੇਖੇ ਉਹਦੇ ਵਿੱਚ 6 ਬੂਟੇ ਸੁੱਕੇ ਪਏ 4 ਖਰੇ ਆ ਉਹ ਵੀ ਪੀਲੇ ਰੰਗ ਦੇ ਹੋਏ ਪਏ ਆ ਆਪੇ ਸੁੱਕਦੇ ਆ ਬਾਕੀ ਦੇਖ ਲਾਂਗੇ ਜੇ ਨਾ ਸੁੱਕੇ ਜੇ ਕੋਈ ਕਿਸੇ ਨੇ ਦਾਣਾ ਕੱਢਿਆ ਤਾਂ ਦੇ ਕੇ ਜਾਊਗਾ ਕੁਛ ਨਹੀਂ ਤਾਂ ਪਿੱਛੇ ਝਾੜ ਝੋੜ ਜਾਣਾ ਨਹੀਂ ਤਾਂ ਖੜਾ ਹੀ ਹੈ ਖਰਾਬ ਉਹਨੂੰ ਬਿਮਾਰੀ ਵਾਲਾ ਤਾਂ ਕੰਮ ਹੈ ਨੀ ਵੀ ਉਹਨਾਂ ਨਾਲ ਵਾਲੇ ਨੂੰ ਹੁਣ ਝੰਡਾ ਬਣਾ ਲੈਣਾ ਜਿਹੜਾ ਬੂਝਾ ਖੜਾ ਹੈ ਇੱਕ ਬਾਈਆ 26 ਆ ਨਾ ਦੇਖ ਮਾਸੜ ਇਹ ਯਾਦ ਚੇਤੇ ਵੀ ਨਹੀਂ ਹੈਗਾ ਉਹ ਨਿਸਰੀ ਹੋਈ ਆ ਉਹ ਨਿਸਰੀ ਹੋਈ ਆ ਇਹ ਵੱਢਣੀ ਬਰਾਬਰ ਹੈ ਇਹਦੇ ਜੇ ਪਹਿਲਾਂ ਦਾ ਵੱਢ ਲੈਂਦਾ ਦੇਖ ਲਈ ਤੂੰ ਵੀ ਇਹ ਟਾਈਮ ਕਹਿ ਲਿਆ ਟਾਈਮ ਕਹਿੰਦਾ ਸਾਰੀ ਚੀਜ਼ ਜਿਕਣਾ ਹੁਣ ਜੇ ਆਪਾਂ ਇਹਦਾ ਕਹਿੰਦੇ 26 ਦਾ 90 ਦਿਨ ਹੈ ਜੇ ਥੋੜੀ ਜਿਹੀ ਲੇਟ ਲੱਗੀ ਆ ਤਾਂ ਇਹ ਨਾ ਫਿਰ 80 ਕੁ ਦਿਨ ਵਿੱਚ ਵੀ ਤਿਆਰ ਹੋ ਜਾਣਾ ਕਣਕਾਂ ਅਸੀਂ ਬਹੁਤ ਦੇਖੀਆਂ ਲੋਹੜੀ ਨੂੰ ਬੀਜਦੇ ਦੇਖੇ ਆ ਬਾਈ ਗੰਨਾ ਵੱਢ ਕੇ ਕਿੱਥੇ ਅਸੀਂ ਅਕਤੂਬਰ ਵਿੱਚ ਚੜ੍ਹਦੇ ਬੀਜ ਇਹਦੇ ਨਵੰਬਰ ਚੜ੍ਹਦੇ ਨਵੰਬਰ ਬੀਜ ਦੇਣੀ ਆ ਲੋਹੜੀ ਨੂੰ ਬੀਜੀ ਅੱਧੇ ਅਕਤੂਬਰ ਨੂੰ ਹੀ ਬੀਜ ਦਿੰਦੇ ਲੋਕ ਕਿੱਥੇ ਲੋਹੜੀ ਨੂੰ ਬੀਜਣੀ ਹੈ ਫਰਕ 5-7 ਦਿਨ ਦਾ ਹੀ ਪੈਂਦਾ ਸਾਰੀ ਇਕੱਠੀ ਹੋ ਜਾਂਦੀ ਹੈ ਕਈ ਵਾਰ ਉਹ ਲੇਟ ਵਾਲੀ ਬਹੁਤ ਵਧੀਆ ਕਹਿੰਦੇ ਬਾਈ ਦਾਤੀ ਦਈ ਆ ਜੇ ਕੋਈ ਲੱਗ ਗਿਆ ਵੱਢਣ ਆਣ ਹੁੰਦੀ ਦਾਤੀ ਦੀ ਸਾਰੀ ਸਾਰੇ ਨੀ ਪੱਕ ਜਾਂਦੇ ਬਾਫੇ ਜਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਜਗਣਾ ਪੱਕਦਾ ਨਾ ਇਹ ਜੀਰੀ ਲੰਬਾ ਚੱਲਦੀ ਹੈ ਇਹ ਜੀਰੀ ਲੰਬਾ ਚੱਲਦੀ ਹੈ ਹੁਣ ਆਪਣੇ ਰੂਸ ਦੇਖ ਲੈ ਕਿੱਕਣਾ ਪਈ ਹੋਈ ਆ ਇਹਦੇ ਵਿੱਚ ਹੋਰ ਹੈ ਨਾ ਇਹਨੂੰ ਹੁਣ ਕਹਾ ਮੌਸਮ ਠੰਡਾ ਹੋਣ ਲੱਗ ਜਾਣਾ ਜੋਗਲੀ ਤੇ ਦਿਨ ਚੜੀ ਜਾਣੇ ਠੰਡ ਵਿੱਚ ਫਿਰ ਖੜ ਜਾਂਦੀ ਹੈ ਖੜ ਜਾਂਦੀ ਹੈ ਹੁਣ ਪਿੱਛੇ ਤੇਰੇ ਪ੍ਰਧਾਨ ਨੇ ਲਾਈ ਤੀ ਆਪਣੀ ਬਾਸਮਤੀ ਲਾਈ ਤੀ ਉਹਨੇ ਬਾਸਮਤੀ ਖੜੀ ਤੇ ਲੱਕ ਲੱਕ ਸ਼ਾਂਤੀ ਨਿਸਰੀ ਉਹਨੂੰ ਮੌਸਮ ਠੰਡਾ ਹੋ ਗਿਆ ਮੌਸਮ ਉਹਨੂੰ ਗਲਤ ਮਿਲ ਗਿਆ ਨਾ ਫਿਰ ਉਹ ਨਾ ਟਾਲ ਫਗੇਨੇ ਵਾਲਾ ਕੰਮ ਇਹੀ ਚੀਜ਼ ਲੈਂਦੇ ਨਹੀਂ ਖਰੀਦਦੇ ਨਹੀਂ ਫਿਰ ਪਿੰਡ ਵਾਲਿਆਂ ਨੂੰ ਵਧਾਈ ਇਹਨਾਂ ਨੂੰ ਡੰਗਰ ਵੀ ਘੱਟ ਖਾਂਦੇ ਫਿਰ ਧਾਨਾ ਥੋੜਾ ਜਿਹਾ ਉਹ ਟਾਈਮ ਵੱਢੇ ਹੋਏ ਨੂੰ ਹੁਣ ਮੈਂ ਤਾਂ ਇਹਨੂੰ ਦੱਸਦਾ ਪਿੱਛੇ ਮੈਂ ਪਨੀਰੀ ਬਚ ਗਈ ਤੀ ਥੋੜੀ ਜੀ ਪਨੀਰੀ ਵੱਢ ਕੇ ਨਾ ਟੋਕ ਬਚੀ ਵੀ ਗਿਆ ਮਲਕੀਤ ਸਿੰਘ ਦੇ ਚਾਹ ਪੱਟੀ 468 ਜਿਹੜੀ ਥੋੜੀ ਜਿਹੀ ਘੱਟ ਕੇ ਲਾਈ ਦੀ ਪਨੀਰੀ ਬੜੀ ਦੇ ਉੱਪਰ ਦੇ ਵੱਢ ਲਈ ਮੈਂ ਟੋਕਰਾ ਕ ਹੋਣਾ ਉਹ ਮਹਾਂ ਚੱਲ ਕਾਹਨੂੰ ਖੇਤ ਗੰਦ ਪਾਉਣਾ ਮੈਂ ਟੋਕਰਾ ਜਿਹਾ ਭਰਿਆ ਮੈਸਾਂ ਕੋਲ ਲੈ ਗਿਆ ਮੂਹਰੇ ਢੇਰੀ ਕਰਤਾ ਹੁਣ ਇਹ ਨਰਮ ਚੀਜ਼ ਕੇ ਡੰਗਰਾਂ ਨੂੰ ਮਿਲਣੀ ਛੇਤੀ ਉਹਨਾਂ ਨੇ ਇੱਕੇ ਲਖਤ ਮੂੰਹ ਭਰੇ ਮੈਂ ਮੂੰਹ ਜਿਹਾ ਭਰ ਕੇ ਮੈਂ ਹੈਂਗ ਜੀ ਹੋ ਕੇ ਖੜ ਗਈ ਜਦੇ ਹਲੇ ਅੰਦਰ ਨੀ ਗਿਆ ਉਹ ਗੱਲ ਨੂੰ ਲੱਗ ਗਿਆ ਗੂੜਾ ਜਾ ਹਾਂ ਬਸ ਲੱਗ ਗਈ ਅੱਖਾਂ ਜਾ ਕੱਢਣ ਕਰਦੇ ਕਰਦੇ ਸਿਰ ਜਾ ਉੱਪਰ ਨੂੰ ਚੱਕਿਆ ਬਾ ਫੇ ਮਾਰੀ ਜ਼ੋਰ ਗਾ ਸ਼ੇਕਰ ਸਾਰੀ ਗੰਦ ਮੂਹਰੇ ਹਰੀ ਸਾਰਾ ਮਾਰਿਆ ਮਾਲ ਕੱਢ ਕੇ ਬਾਹਰ ਮੈਂ ਜਿੰਨੇ ਵੀ ਹੈਗੇ ਤੇ ਕਰਕੇ ਇਕੱਠੇ ਰੜ ਕੇ ਗਿਆ ਸਾਰੇ ਬਾਹਰ ਮਹਾ ਇਹਦਾ ਕਿਆ ਪਤਾ ਡੰਗਰ ਨਾਲ ਲਾਜਵਾਲ ਇਹਨੂੰ ਤੂੜ ਜਾ ਹੁੰਦਾ ਹਾਂ ਬਹੁਤ ਧਾਨਾ ਦਾ ਉੱਪਰ ਮੈਂ ਦੱਸਦੇ ਪਨੀਰੀ ਵਾਲਾ ਹੀ ਮੈਂ ਪਾਇਆ ਦਾ ਮੈਂ ਸਾਂ ਲੱਗਦਾ ਕਿਤੇ ਉਹ ਨਾ ਨਿਕਲਦਾ ਜਿਹੜਾ ਸਾਰ ਹੋ ਗਿਆ ਪਤਾ ਮੈਂ ਉਹੀ ਕੰਮ ਹੋ ਗਿਆ ਨਿਆਣੇ ਮੂੰਹ ਦੇ ਚੱਕ ਚੱਕ ਉਹਦੇ ਜ਼ੋਰ ਕੰਮ ਮਾਰਿਆ ਉਹਨੇ ਕੱਢ ਕੇ ਬਾਹਰ ਵੀ ਇੱਕਣਾ ਹੋ ਜਾਂਦਾ ਕਈ ਵਾਰ ਆਪਣੇ ਕੋ ਵੀ ਬਸ ਔਸ ਬਹੁਤ ਪੈਂਦੀ ਹੈ ਔਸ ਬਹੁਤ ਪੈਂਦੀ ਹੈ ਹੁਣ ਮੈਂ ਕਈ ਵੀਰਾਂ ਨੇ ਮੈਨੂੰ ਫੋਨ ਲੱਗਾ ਹੀਰਾ ਧਾਨ ਰਾਤ ਨੂੰ ਵੱਢੀ ਜਾਂਦੇ ਸਾਡੇ ਜਲਦੀ ਹਰੀ ਦੱਸਦੇ ਯਾਰ ਰਾਤ ਨੂੰ ਮੈਂ ਤਾਂ ਦੱਸਦਾ ਨੀ ਹੁਣ ਅਸੀਂ ਕੱਖ ਹੈ ਤਾਂ ਇਹਦਾ ਇੱਕ ਰੜੇ ਚ ਬੀਜੇ ਪਏ ਤੈਨੂੰ ਨਜ਼ਾਰਾ ਆਇਆ ਵਾ ਆਇਆ ਵਾ ਨਾ ਜਿਕਣੇ ਮਰਜ਼ੀ ਵੱਢ ਲੈ ਗੈਲ ਦੀ ਗੱਲ ਬੀਜੀ ਹੋ ਜਾਂਦੇ ਹੁਣ ਮੈਂ ਬਲਬੀਰ ਚਾਚੇ ਦੇਖ ਕੇ ਆਇਆ ਚਰੀ ਮੈਂ ਕਹਿੰਦਾ ਤੂੰ ਕਾਹਨੂੰ ਕਹਿੰਦਾ 16-16 17-17 ਫੁੱਟ ਦੀ ਖੜੀ ਹੈ ਮੂਹਰੇ ਹੀ ਮੂਹਰੇ ਹੀ
ਰੜੇ ਚ ਨਾ ਪਿੱਛੇ ਦੇ ਬੂਟਿਆਂ ਵਿੱਚ ਹੁੰਦੇ ਸੀ, ਕਿਆ ਹੁੰਦਾ ਲੱਕ ਲੱਕ ਵੱਢਣੇ ਪੈਂਦੇ ਸੀ ਗੱਬੇ, ਉਹੀ ਗੱਬੇ ਗੱਬੇ ਬੀਜੇ ਤੇ ਉਹੀ ਗੱਬੇ ਗੱਬੇ ਹੁਣ ਬੂਟੇ ਲਾ ਕੁਛ ਨੀ ਹੁੰਦਾ ਮੈਂ ਬੂਟੇ ਦੀ ਬੜੀ ਉਹ ਤੇਰਾ ਹੁਣ ਖੇਤ ਚ ਬੰਦਾ ਆਉਂਦਾ ਨਾਲੇ ਰੂਹ ਕਰਦੀ ਕੰਮ ਕਰਨ ਨੂੰ ਯਾਰ, ਨਹੀਂ ਤਾਂ ਕੱਖਾਂ ਨੂੰ ਦੋ ਘੰਟੇ ਫੁੱਟ ਜਾਂਦੇ ਬੰਦੇ ਨਾ ਵੇਖਣੇ। ਹੁਣ ਸਾਡੇ ਨਾਲ ਬੂਟੇ ਵਿੱਚ ਬਾਜਰਾ ਪਹਿਲਾਂ ਵਧੀਆ ਹੋਇਆ, ਹੁਣ ਜੇ ਆਪਾਂ ਗਾਹਾਂ ਨੂੰ ਕਹੇ ਇਹੋ ਜਿਹਾ ਦੋ ਸਾਲ ਦੇ ਬੂਟੇ ਚ ਘੱਟ ਜਾਣੀ ਚਾਹੀਦੀ, ਫਿਰ ਗਾਹਾਂ ਘਟ ਜਾਣਾ, ਛੋਰਾ ਥੋੜਾ ਜਿਹਾ ਕੱਖਾਂ ਨੂੰ ਉਹ ਦੱਬਦਾ ਕਰਦੀ ਆ, ਜਿਹੜੀ ਕਣਕ ਆਪਣੀ ਕਣਕ ਹੋ ਜਾਂਦੀ ਹੈ ਕਿ ਇਹਦਾ ਪੱਤਾ ਝੜ ਜਾਣਾ, ਯਾਰ ਪੱਤਾ ਝੜ ਜਾਣਾ ਟਾਣੇ ਰਹਿ ਜਾਂਦੇ, ਫਿਰ ਛੋਰਾ ਘੱਟ ਜਾਂਦਾ, ਪੱਤੇ ਦਾ ਛੋਰਾ ਜ਼ਿਆਦਾ, ਸਰੋਂ ਹੋ ਜਾਂਦੀ ਉਹ ਬੂਟੇ ਛੋਰਾ ਨੀ ਪੱਤੇ ਦਾ, ਹੁਣ ਪੱਤਾ ਤਾਂ ਫੁੱਟਿਆ ਵਾ ਪੂਰਾ, ਤਾਂ ਕਰਕੇ ਛੋਰਾ ਕਣਕ ਵਿੱਚ ਇਹ ਝੜ ਜਾਣਾ ਤੇ ਨਾਲੇ ਰੇਹ ਬਣ ਜਾਣਾ, ਹੁਣ ਤਾਂ ਪੱਤਾ ਹੀ ਬਹੁਤ ਆ, ਮੈਂ ਉਹਨਾਂ ਨੂੰ ਕਹਾ ਛੰਗਾ ਹਨਾ ਇਹਨਾਂ ਨੂੰ ਨਾ ਇਹਨਾਂ ਨੂੰ ਵੱਢਣ ਦੇ, ਹਾਂ ਵੱਢਣ ਦੇ ਪਹਿਲਾਂ ਗਿਆ ਇਹਨਾਂ ਨੂੰ ਤਾਂ ਵੱਢ ਕੇ ਛੰਗੀ, ਜਦ ਤੱਕ ਕਣਕ ਬੀਜਣੀ ਨਾ ਜਦੇ ਛੰਗੀ, ਮੈਂ ਪਤਾ ਕਿਆ ਕਹਿਣਾ ਉੱਥੇ ਮਸ਼ੀਨ ਨੇ ਸਾਰੀ ਉਫਾੜ ਛੱਡ ਦੇਣੀ, ਨਹੀਂ ਨਹੀਂ ਮਸ਼ੀਨ ਦਾ ਇੰਨਾ ਕਟਰ ਪਰਾ ਹੁੰਦਾ ਨੇੜੇ ਲੈ ਜਾਂਦਾ ਬੂਟਾ, ਉਹ ਇਹ ਤੇਰਾ ਬਾਲਣ ਦੇ ਕੰਮ ਆਜੂਗਾ ਛੰਗਿਆ ਵਾ, ਫਿਰ ਇਹਨੂੰ ਪੱਤਾ ਘੜ ਜਾਣਾ, ਜੇ ਤੂੰ ਹੁਣ ਸਣੇ ਪੱਤੇ ਛਾਂ ਕੇ ਰੱਖਦੀ ਫਿਰ ਇਹ ਛੱਟੀ ਨਾਲ ਸੁੱਕਦੀ ਛੇਤੀ ਗਲਦੀ ਆ, ਫਿਰ ਪੱਤਾ ਗਾਲ ਦਿੰਦਾ ਉਹ ਦਿਨਾਂ ਚ ਤਾਂ ਪੱਤੇ ਚਾਪੇ ਜਦ ਆਪਾਂ ਢੇਰੀ ਲਾ ਦੇਣੇ ਇੱਕ ਦੋ ਮੀਂਹ ਪੈ ਗਏ ਫਿਰ ਪੱਤਾ ਗਾਲ ਦਿੰਦਾ ਛੱਟੀ ਨੂੰ ਵੀ ਬਾਲਣ ਦੇ ਕੰਮ ਨੂੰ, ਜਿਹੜੀ ਅੱਧਾ ਕੁ ਪੱਤਾ ਝੜੀ ਵੀ ਵੱਢ ਲੈਣੀ ਆਪਾਂ ਨੇ ਉਹ ਠੀਕ ਹੈ ਵੀ, ਤਾਂ ਕਰਕੇ ਕੋਈ ਨੀ ਮਸ਼ੀਨ ਦਾ ਤਾਂ ਬਹੁਤ ਦੂਰ ਰਹਿ ਜਾਣੀ ਆ, ਮਸ਼ੀਨ ਦਾ ਤਾਂ ਕਟਰ 3-4 ਫੁੱਟ ਪਰਾਂ ਨੂੰ ਨਿਕਲਿਆ ਹੁੰਦਾ, ਪਟਾਕੇ 3 ਸਾਲ ਦੇ ਨਾ ਨਬੇੜ ਦੇ ਕੰਮ ਗਾਹਾਂ ਨਵੇਂ ਲੱਗਦੇ, ਚੱਲ ਗਾਹਾਂ ਗਾਹਾਂ ਹੁਣ ਸੋਧ ਹੋਈ ਜਾਂਦੀ ਬੀਜ ਵਿੱਚ ਪਤਾ ਲੱਗ ਜਾਂਦਾ, 12-13 ਨੰਬਰ ਸਾਨੂੰ ਕਿੱਥੇ ਪਤਾ ਤਾਂ ਐਕਟਿਵ ਪਤਾ ਲੱਗਿਆ ਦੇਖੀ ਲੱਗੀ ਪਿਛਲੇ ਸਾਲ ਦੀ ਅਸੀਂ ਵੀ, ਚਲੋ ਬਾਕੀ ਬਾਈ ਜੋ ਵੀ ਰੋਪੜ ਵੀ ਜਾਣਾ ਆਪਾਂ ਮਾੜਾ ਜਿਹਾ, ਕੋਈ ਨੀ ਰੋਪੜ ਵੀ ਆ ਜਾਂਦੇ, ਹੁਣ ਤਾਂ ਸਾਨੂੰ ਪਤਾ ਵੀ ਪ੍ਰੋਸੈਸ ਕਿਆ ਹੈ ਇਹਦਾ, ਲੋਡ ਭਰਾ ਕੇ ਆਉਣਾ ਬਾਈ ਦਲਵੀਰ ਨੇ, ਅੱਜ ਚੱਲ ਲਾਸਟ ਹੋਈ, ਅੱਜ ਹੈਗੀ ਤਾਂ ਹੈ ਅੱਜ 21 ਹੈ, ਬਾਕੀ ਵੀ ਕੰਮ ਆਪਾਂ ਨੇ ਕਈ ਕਰਨੇ ਆ, ਬਾਕੀ ਬਾਈ ਜਗਤ ਮਾਸੜ ਬਲੌਗ ਅਸੀਂ ਕਹਿਣਾ ਫੇਰ ਭੁੱਲ ਜਾਂਦੇ, ਇੱਕ ਬਾਈ ਮਾਸੜ ਨੇ ਚੈਨਲ ਬਣਾਇਆ ਨਵਾਂ ਜਗਤ ਮਾਸੜ, ਉਹਨੂੰ ਬਾਈ ਵੱਧ ਤੇ ਵੱਧ ਲਾਈਕ ਸ਼ੇਅਰ ਵਾਚ ਕਰੋ ਉਹਨੂੰ ਦੇਖੋ, ਵੀ ਆਪਾਂ ਲਿੰਕ ਲੁੰਕ ਦਿਆ ਕਰਾਂਗੇ ਵਿੱਚ ਵੀਡੀਓ ਦੇ, ਉਹ ਚੈਨਲ ਦੀ ਆ ਖਾਸੀਅਤ ਉਹ ਬਸ ਪੈਣਾ ਹੀ ਸਵੇਰੇ ਹੀ ਹੋਊਗਾ, ਹਾਂ ਵੀ ਉਹ ਆਪਾਂ ਸਵੇਰੇ ਪਾਇਆ ਕਰਾਂਗੇ ਵੀ ਆਈਟਮ ਵੀ ਆਪਾਂ ਨਵੀਂ ਦਿਖਾਇਆ ਕਰਾਂਗੇ, ਕਰੋ ਉਹਨੂੰ ਚੈਨਲ ਨੂੰ ਖਿੱਚ ਕੇ ਬਰਾਬਰ, ਆਏ ਨੀ ਹੈਗਾ ਵੀ ਇਹ ਚ ਵੀ ਅਸੀਂ ਦਿਖਾਤੀ, ਖਿੱਚ ਕੇ ਬਰਾਬਰ ਕਰਨਾ ਆਪਾਂ ਨੇ ਦੋ ਚੈਨਲ ਚੱਲੇ, ਸਪੋਰਟ ਕਰੋ ਪੂਰੀ, 150 ਹੋ ਗਿਆ, ਹਾਂ 150 ਹੋ ਗਿਆ ਸਬਸਕ੍ਰਾਈਬਰ, ਬਾਕੀ ਬਾਈ 160 ਦੇ ਗੇੜ ਆਪਣੇ ਸਬਸਕ੍ਰਾਈਬਰ ਹੋ ਗਏ, ਸਾਰਿਆਂ ਦਾ ਧੰਨਵਾਦ ਕਰਦੇ ਆ, ਹਾਂ ਬਹੁਤ ਪਿਆਰ ਕਰਦੇ, ਵਧੀਆ ਕਮੈਂਟ ਕਰਦੇ ਵੀਰ, ਵੀ ਸਮਕਾ ਹੌਸਲਾ ਦਿੰਦੇ ਆ, ਕਹਿੰਦੇ ਵੀ ਖਿੱਚ ਕੇ ਰੱਖੋ ਮਾਸੜ, ਖਿੱਚ ਕੇ ਰੱਖੋ ਤੁਸੀਂ ਖਿੱਚਣਾ ਹੈ, ਬਾਕੀ ਠੀਕ ਹੈ ਜੀ, ਦਿਖਾਉਂਦੇ ਆ ਅਸੀਂ ਖਿੱਚੀ ਜਾਣਾ, ਹਾਂ ਹੋਰ ਪ੍ਰੋਗਰਾਮ ਜਿਹੜੇ ਚੱਲਦੇ ਦਿਖਾਵਾਂਗੇ ਤੁਹਾਨੂੰ, ਬਾਈ ਜੀ ਪਹੁੰਚ ਗਏ ਰੋਪੜ, ਲੋ ਜੀ ਬਾਈ ਮਾਸੜ ਲਿਆ ਫਾਈਲ ਤਿਆਰ ਕਰਾਉਣਾ, ਵੀ ਇਹ ਬਹੁਤ ਪੁਰਾਣਾ ਬੰਦਾ, ਹਾਂ ਨਹੀਂ ਇਹਨਾਂ ਨਾ ਰਣਜੀਤ ਬਾਈ ਇਲੈਕਟ੍ਰੀਸ਼ਨ ਹੈ, ਇਲੈਕਟ੍ਰੀਕਲ ਹੈ ਜਿਹੜੇ, ਇਹਨਾਂ ਨਾ ਲਿਖਿਆ ਹੋਇਆ ਮੀਟਰ ਲਗਾਉਣ ਲਈ ਸੰਬੰਧੀ ਟੈਸਟ ਰਿਪੋਰਟ ਤਿਆਰ ਕੀਤੀ ਜਾਂਦੀ ਹੈ, ਇਹ ਪਹਿਲਾਂ ਤੇ ਇਹਨਾਂ ਦਾ ਬਿਜਲੀ ਦਾ ਕੰਮ ਹੈ, ਸਾਰਾ ਤੇ ਪੁਰਾਣੀ ਦੁਕਾਨ ਹੈ, ਇਹ ਵੇਲਾ ਚੌਂਕ ਹੁੰਦੀ ਸੀ ਦੁਕਾਨ, ਜਦ ਇੰਨੀ ਕੁ ਦੁਕਾਨ ਸੀ ਛੋਟੀ ਜਿਹੀ ਦੁਕਾਨ ਵੀ ਨੀਵੀਂ ਜਿਹੀ, ਜਦ ਤਾਂ ਰੋਪੜ ਹੋਰ ਤਰ੍ਹਾਂ ਦੇ ਵੇਲਾ ਚੌਂਕ ਪਛਾਣੇ ਦਾ ਹੁੰਦਾ ਹੈਗਾ, ਵੀ ਹੌਲੀ ਹੌਲੀ ਸੁਧਾਰ ਹੋ ਗਿਆ, ਪਰ ਉਹਨੂੰ ਜਗ੍ਹਾ ਵੱਧ ਗਈ, ਟੋਪਾ ਜੇ ਹੁੰਦਾ ਸੀ ਇੱਧਰ ਦੁਕਾਨਾਂ ਵੀ ਜਿਹੜੀ ਕਲਵੰਤਾ ਦੀ ਦੁਕਾਨ ਕਹਿੰਦੇ ਉਹ ਵੀ ਇਹਨਾਂ ਦੀ ਇੱਕ ਨੰਬਰ ਦੁਕਾਨ ਬਣੀ, ਇਹਨਾਂ ਦੇ ਵਿੱਚ ਦੇ ਇਹਨਾਂ ਦੇ ਭਾਈ ਦੀ ਦੁਕਾਨ, ਉਹ ਬਹੁਤ ਵੱਡੀ ਦੁਕਾਨ, ਹਾਂ ਭਰਦੇ ਉਹ ਵੀ ਹੈਗੇ ਆ, ਯਾਨੀ ਉਹਨਾਂ ਦਾ ਬਿਜਲੀ ਦਾ ਸਮਾਨ ਆ ਜਿਹੜਾ ਵਿਕਣ ਦਾ ਕੰਮ ਜ਼ਿਆਦਾ, ਉਸ ਤੋਂ ਥੋੜ੍ਹਾ ਟਾਈਮ ਲੱਗ ਜਾਂਦਾ, ਉਰੇ ਇਹਨਾਂ ਦੇ ਫਿਰ ਆਦਮੀ ਸਾਹਮਣੇ ਵਿਹਲੇ ਪਿਆ ਵੀ ਟਾਈਮ ਘੱਟ ਲੱਗਦਾ, ਜਿਹੜਾ ਲੋੜ ਲੂੜ ਵਿਕਣਾ ਪਤਾ ਉਹਨਾਂ ਨੇ ਫਿਰ ਇਹ ਭਰ ਦਿੰਦੇ ਆ, ਪਹਿਲਾਂ ਇਹਨਾਂ ਕੋਲ ਉਦੋਂ ਤਿਆਰ ਹੋ ਜਾਣੇ ਆ, ਇਹਨਾਂ ਦਾ ਫਿਰ ਉੱਥੇ ਹੈਗਾ ਪ੍ਰੋਸੈਸ ਵੀ ਇਹਨਾਂ ਨੇ ਕੰਮ ਜਿਹੜਾ ਸਹੀ ਕਰਨਾ ਉਹ ਵੀ ਫਿਰ ਚੈੱਕ ਕਰ ਦਿੰਦੇ ਆ, ਬਾਕੀ ਬਾਈ ਵੀਰਾਂ ਸਾਰਿਆਂ ਨੂੰ ਬੇਨਤੀ 22 ਤਰੀਕ ਲਾਸਟ ਹੈ ਕਿਸੇ ਨੇ ਘਰ ਦਾ ਲੋਡ ਭਰਾਉਣਾ, ਵੀ ਅੱਜ 21 ਹੋ ਗਈ
ਉਹਦੇ ਬਾਅਦ ਫਿਰ 1600 ਰੁਪਇਆ ਕਿਲੋ ਬਾੜ ਮਗਰ ਵੱਧ ਜਾਣਾ ਫਿਰ 1600 ਰੁਪਇਆ ਕਿਲੋ ਹੋ ਜਾਣਾ ਬਾੜ ਦਾ, ਹੁਣ 1100 ਹੈ ਵੀ ਭਾਈ ਆਪਣੇ ਲੋੜ ਲੋੜ ਜਿਹੜਾ ਵਧਾਉਣੇ ਵਧਾ ਲਓ। ਪ੍ਰੋਸੈਸ ਕੋਈ ਬਹੁਤਾ ਨਹੀਂ ਹੈਗਾ, ਇੱਕ ਹੋਰ ਆ ਜਿਹੜਾ ਸਿਸਟਮ ਨਾ, ਮੀਟਰ ਕਿਸੇ ਦੇ ਨੋਂ ਵੀ ਹੈ, ਜਿਹੜਾ ਮਰਜ਼ੀ ਭਰਾ ਦੋ, ਜਿਹੜਾ ਭਰਾਊਗਾ ਉਹਦੇ ਪ੍ਰੂਫ ਲੱਗਣੇ ਆ। ਜੇ ਆਪਾਂ 22 ਤਰੀਕ ਦੇ ਬਾਅਦ ਭਰਾਉਂਦੇ ਫਿਰ ਜਿਹਦੇ ਨੋਂ ਉਹਨੂੰ ਲਿਆਉਣਾ ਪੈਣਾ। ਹੁਣ ਕਈ ਆਏ ਆ ਪੁਰਾਣੇ ਮੀਟਰ, ਉਹ ਐਕਸਪਾਇਰ ਹੋਏ ਹੋਏ ਆ, ਥੋੜੇ ਪੁਰਾਣੇ ਬਜ਼ੁਰਗ ਜਿਹੜੇ, ਫਿਰ ਪਹਿਲਾਂ ਆਪਣੇ ਨੋਂ ਕਰਾਉਣਾ ਪੈਣਾ, ਜਿਹੜਾ ਆਪਣੇ ਨਾਲ ਕਹਾ ਪਿਆ ਬਹੁਤ ਪਿਆ। ਜੇ ਕਿਤੇ ਆ ਪ੍ਰੋਸੈਸ ਹੁੰਦਾ ਮਿਲ ਜਾਂਦਾ ਉਹਨੂੰ, ਆਪ ਲੋਡ ਵੱਧ ਜਾਣਾ, ਆਪੇ ਵੱਧ ਜਾਣਾ ਵੀ ਲੋਡ ਦਾ ਪਤਾ ਕੋਈ ਨਹੀਂ ਹੈਗਾ, ਛਾਪਾ ਪੈ ਸਕਦਾ ਕਿਸੇ ਟਾਈਮ ਵੀ, ਨਾਲੇ ਮੈਂ ਕਿਵੇਂ ਨਾ ਪੈਸਾ ਵੀ ਦੇਖਣਾ ਕਿਸੇ ਪਾਸੇ, ਬਿੱਲ ਤਾਂ ਜਾਂਦਾ ਹੀ ਨਹੀਂ ਹੈਗਾ, ਇੱਧਰ ਦੇ ਕਰਨੇ ਪੂਰੇ, ਇੱਧਰ ਦੇ ਪੂਰੇ ਕਰਨੇ ਆ ਹਨਾ, ਵੇਖਣੇ ਆ। ਦੋ ਜੀ ਅਸੀਂ ਆ ਗਏ ਬਾਈ, ਆਪਾਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਜਿਹੜਾ ਕੰਮ ਆ ਟਾਈਮ ਗਰ ਹੋ ਜਾਵੇ ਨਾ ਬਹੁਤ ਵਧੀਆ, ਸਾਜਰਾ ਨੀ ਹੈਗਾ, ਦੇਖ ਲੈਣਾ ਧੂਫ ਬੱਤੀ ਕਰ ਲਈ ਵੀ ਹੁਣ ਆਪਾਂ ਹੀ ਨੰਬਰ ਹੈ, ਬਾਕੀ ਸਾਡੀ ਪਾਉਣੀ ਹੋਈ ਵੀ ਕੰਮ ਵਧੀਆ ਚੱਲੀ ਜਾਣਾ। ਇਹਨਾਂ ਦਾ ਵੀ ਹੋਣਾ ਵਿੱਚ, ਇਹਨਾਂ ਨੇ ਲੈਣਾ 100 ਰੁਪਇਆ ਫਾਈਲ ਭਰਾਈ ਦਾ, ਲਾਉਣੇ ਇਹਨਾਂ ਨੇ 4-5 ਕਾਗਜ਼ ਲਾਉਣੇ, ਫਾਇਲੇ ਦੇਣੀ ਆ 15-20 ਰੁਪਏ ਦੀ ਤਾਂ ਫਾਇਲੇ ਹੋ ਜਾਂਦੀ ਹੈ। ਹਾਂ ਚਲੋ ਹੁੰਦਾ ਹੀ ਹੈ, ਤਾਂ ਹੀ ਚਾਹੀਦਾ, ਬਾਕੀ ਭਾਈ ਸ਼ਹਿਰ ਦੇ ਵਿੱਚ ਖੜੇ ਆ, ਕਹਿੰਦੇ ਆ ਵੀ ਉਹਨੇ ਸਖਤਾਈ ਹੋਈ ਵੀ ਹੁਣ ਚਲੋ ਚਾਹੀਦੀ ਵੀ ਇੰਨੀ ਕਾਉਣੀ, ਕਹਿੰਦੇ ਵੀ ਗੱਡੀਆਂ ਗੁੱਡੀਆਂ ਰੋਡ ਤੋਂ ਬੰਦ ਕਰੀਆਂ, ਨਹੀਂ ਤਾਂ ਜਾਮ ਹੀ ਲੱਗਿਆ ਰਹਿੰਦਾ, ਜਿੱਥੇ ਅਸੀਂ ਖੜੇ ਉਹਦੇ ਜਾਮ ਲੱਗਿਆ ਰਹਿੰਦਾ ਵੀ ਹੁਣ ਚੱਲ ਰਿਹਾ ਜੇ ਮਾਂ ਖੁੱਲਾ ਪਿਆ ਰੋਡ, ਹੁਣ ਹਲੇ ਆਏ ਨੀ ਜੀ ਭਰਨੇ ਵਾਲੇ, ਕੋਈ ਨੀ ਕੋਈ ਨੀ, ਆ ਜਾਂਦੇ। ਹਾਂ ਹੋ ਗਿਆ ਕੰਮ, ਹਾਂਜੀ ਫਾਇਲ ਭਰ ਲਈ ਜੀ, ਲੋੜ ਕਿੰਨਾ ਕਰਾਇਆ ਭਲਾ, ਲੋੜ ਇੱਕਣਾ ਨਾ ਕਰਿਆ ਕੋਈ ਕੰਮ, ਥੋੜਾ ਮੇਥੇ ਕੋਲ ਮੈਂ ਗਿਆ ਹੋਇਆ ਨਾ, ਹੋਰ ਕੰਮ ਗਿਆ ਹੋਇਆ ਮੈਂ, ਸਾਡੀ ਜ਼ਿੰਮੇਵਾਰੀ ਸਾਰੀ, ਸਭ ਕੁਝ 6 ਕਰਾਤਾ ਤੇਰਾ ਲੋੜ ਆ, ਠੀਕ ਆ ਹੁਣ ਕਿੰਨਾ ਪੈਣਾ ਹੈ, ਜਿਹੜਾ ਤੇਰਾ ਆ ਪੈਣਾ 4 ਵਾਟ ਦੇ ਉੱਪਰ ਪੈਣਾ, 4.5 ਵਾਟ ਪੈ ਜਾਣਾ, ਸਮਝਿਆ, ਮੈਂ 6 ਕਰਦੇ ਪੂਰਾ ਮਕਾਨ ਬਣਾ ਹੋ ਗਿਆ, ਮੈਂ ਹੁਣ ਵੱਧ ਸਕਦਾ, ਠੀਕ ਆ ਸਮਝਿਆ, ਇਹ 5.5 ਕਹਿਣਾ ਤਾਂ ਮੈਂ ਚੁੱਕ ਕੇ ਵਧਣਾ ਹੀ ਆ, ਘਟਣਾ ਮੇਰਾ ਵੀ 6 ਨਾਲ ਦਾ ਹੀ ਆ, ਮੇਰਾ ਹੈਗਾ 5.80, ਅੱਛਾ ਤੇਰਾ ਬਣਦਾ ਤਾਂ ਫਿਰ 5.5, ਮੈਂ ਤਾਂ ਫਿਰ ਘੱਟ ਜਾਣਾ, ਕਹਿੰਦਾ 6 ਕਰਦਾ, ਮੈਂ 6 ਕਰ ਦੇ ਪੂਰਾ, ਠੀਕ ਹੈ ਹੁਣ ਸਾਰਾ ਪ੍ਰੋਸੈਸ ਹੋ ਗਿਆ। ਲੱਗ ਜਾਣਾ ਪਤਾ ਹੋਊ, ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਵੀ ਕਿਵੇਂ ਦਾ ਬਾਈ ਪ੍ਰੋਸੈਸ ਚੱਲਦਾ। ਹਾਂ ਹੁਣ ਚੱਲੇ ਜੀ ਅਸੀਂ ਬਿਜਲੀ ਬੋਰਡ ਨੂੰ, ਜਿਹੜਾ ਇਹ ਟਾਇਲ ਦਾ ਕਿਆ ਬਣਿਆ, ਇਹ ਟਾਇਲ ਵਾਲਾ ਕਿਆ ਬਣਿਆ, ਕਹਿੰਦੇ ਤੁਸੀਂ ਉਹ ਕਰਾ ਲਿਆ ਪੈਸਿਆਂ ਪਰ ਕਿਹਾ ਪ੍ਰੀਪੇਡ ਜਾਂਦਾ ਜਿਹੜਾ, ਅੱਛਾ ਕਹਿੰਦਾ ਉਹਨੂੰ 90 ਦਿਨ ਬਾਅਦ ਬਦਲਣਾ, 900 ਦਾ ਮੈਂ ਪਹਿਲਾਂ ਰੀਚਾਰਜ ਕਰਿਆ ਮਹੀਨਾ ਪਹਿਲਾਂ, ਹੁਣ 400 ਰੁਪਏ ਹੋਰ ਮੰਗ ਪਏ, ਅੱਛਾ ਤਾਂ ਚੱਲਣਾ ਮੈਂ ਉਹਨੂੰ ਬੰਦੇ ਕਰ, ਤੁਹਾਡੇ ਜੋਗੇ ਰਹਿ ਗਏ ਇੱਦਾਂ ਖਾਣਾ ਬਣਾਇਆ, ਇਹਨਾਂ ਦਾ ਵੀ ਲੋੜ ਵਧਾਉਣਾ ਪੈਣਾ, ਮੈਨੂੰ ਵਧਾ ਦੇਣਾ ਜੀਓ ਚ ਕਰਾ ਦੇਣਾ, ਠੀਕ ਆ ਜੇ ਆਲਾ ਜੀਓ ਦਾ ਆਪਾਂ ਨੈਟ ਹੀ ਪੁੱਛਣਾ ਵੀ ਕਿਆ ਰੇਟ ਲਾਉਂਦੇ ਕਰਦੇ ਆ, ਉਹ ਸਕੀਮ ਚੱਲਦੀ ਕੋਈ ਨਹੀਂ, ਠੀਕ ਆ। ਹਾਂ ਬਾਈ ਜੇ ਆਪਾਂ ਮਸ਼ੀਨ ਦੇ ਗਏ ਕੱਪੜ ਧੋਣੇ ਵਾਲੀ, ਲੋ ਬਾਈ ਇੱਥੇ ਆਪਣਾ ਹੁੰਦੇ ਜਿਹੜੇ ਲੋੜ ਲੂੜ ਭਰਦੇ ਆ, ਇੱਧਰ ਬਿੱਲ ਬਾਈ ਭਰਾ ਰਹੇ ਖੜੇ ਲਾਈਨ 'ਚ ਲੱਗੇ, ਬਿੱਲ ਭਰ ਹੁੰਦੇ ਜਿਹੜੇ ਜਿਹਨਾਂ ਲਾਉਂਦੇ ਪਾਸੇ 10% ਆਉਂਦੇ, ਬਾਕੀ ਲਾਉਂਦੇ ਨਹੀਂ ਹੈਗੇ, ਹੁਣ ਤਾਂ ਆਨਲਾਈਨ ਹੀ ਚੱਲਦਾ, ਹਾਂ ਵੀ ਇੱਧਰ ਹੈ ਬਾਕੀ ਦਲਵੀਰ ਦਾ ਬਾਈ ਕੰਮ ਹੋ ਗਿਆ ਲੋੜ ਭਰ ਗਿਆ, ਘੰਟਾ ਵੀ ਨਹੀਂ ਲੱਗਿਆ, ਰਸੀਦ ਕਿੱਥੇ ਤੇਰੀ ਭਰ ਗਈ, ਹਾਂ ਕਈ ਵੀਰਾਂ ਨੇ ਮੈਨੂੰ ਨਾ ਫੋਨ ਵੀ ਆਇਆ, ਕਮੈਂਟ ਵੀ ਆਇਆ, ਕਹਿੰਦਾ ਮਾਸਟਰ ਸਾਡਾ 2-2 ਸਾਲ ਦਾ ਭਰਾਇਆ ਵਾ ਲੋੜ, ਵੀ ਮੀਟਰ 'ਚ ਹੁਣ ਵੀ ਨਹੀਂ ਲੱਗਿਆ ਹੈਗਾ, ਆ ਸਭ ਕੇ ਰੱਖੋ ਬਸ ਬਾਬਣ, ਆਹ ਚੀਜ਼ ਸਾਂਭ ਕੇ ਰੱਖਣੀ ਪੈਣੀ ਹੈ, ਇਹਨੂੰ ਮੈਂ ਹੁਣ ਪੁੱਛਿਆ ਤਾਂ ਮੈਂ ਕਰਕੇ ਲੱਗ ਜੂਗਾ, ਕਹਿੰਦਾ ਅਗਲੇ ਮੀਟਰ ਜਿਹੜਾ ਬਿੱਲ ਆਉਣਾ
ਸਾਰਾ ਫਟਾਫਟ ਕੰਮ ਨਿਬੜ ਗਿਆ, ਬਹੁਤ ਵਧੀਆ ਹੋਗੇ ਆ ਵੀ ਚੱਲ ਰਿਹਾ, ਬਾਕੀ ਪ੍ਰੋਸੈਸ ਸਾਰਾ ਜੀ ਵਧੀਆ ਚੱਲਦੇ ਬਾਈ ਪਿੰਡ ਨੂੰ। ਹਾਂ ਬਾਕੀ ਹੋਰ ਦਿਖਾਉਣਾ ਕੁਛ ਬਸ ਅੱਛਾ ਚੱਲ ਬੁਲਾ ਮਤੇ ਗਾਲਾ ਹੋਰ ਦੇਖਦੇ ਹਾਂ।